सतनाम सतनाम जी चपले वाहेगुरु वाहेगुरु। स्कूल किधर है जी? सीधा भाग जा। बहुत मेहरबानी है। कितने नवा मास्टर था नहीं लगता एक चिट्ठी और वध गया अपने पिंड च। हां देखो जी, मेरे अंडर ज्वाइन करने का मतलब है नो फर्लो। मैं आप छुट्टी लेंदा नहीं ते किसी ने छुट्टी तो बिना जान नहीं देंदा। क्या बात है, वेरी गुड सर। बच्चों उठो पुत्र, चलो क्लास। ठीक है सर। अपना भी मास्टर जी तुहाडे वाला हिसाब ही है। वैसे मैं तो बल्कि संडे नूं भी स्कूल आके बहुत खुश हुंदा। मैं तो आया करूंगा संडे नूं, तुसीं वेखो जे सैटिंग बणदी है। ओ छड्डो तुसीं इन्हां गल्लां नूं, मैं तुहाडे रहण दा इंतजाम सूबेदार साहब दे घर कर दित्ता। आ बिजली पानी दे खर्चे मिला के कुल 2500 रुपए तुहानूं। इंडिया च किन्नियां स्टेटां ने हुण? ओ कमाल करदे हो नीतू मैडम, आ गूगल आंटी तुहाडे कोल है, इहनूं पुछो। मैडम 29 स्टेट्स ने ते 7 यूनियन टेरिटरीज। चलो चलो। वैसे ਤੁਹਾਡਾ ਗੂਗਲ ਅੰਕਲ ਬੰਨਾ ਠੀਕ ਨਹੀਂ। ਸਰ ਜੀ ਸਰ ਜੀ, ਅੱਜ ਫੜ ਲੋ ਕਿੰਨੇ ਵਜੇ ਮਾਰਨੀ ਹੈ ਜੀ ਤੁਸੀਂ? ਮਿਡਡੇ ਮੀਲ ਖਾ ਕੇ ਜੀ ਜਾਂ ਪਹਿਲਾਂ ਹੀ ਜੀ? ਕਿਹੜੀ ਫੜ ਲੋ, ਤੂੰ ਜਾ ਕੇ ਆਪਣਾ ਕੰਮ ਕਰ, ਮਾਰ ਸਬਜ਼ੀ ਚ ਕੜਛੀ ਕੁੜਛੀ। ਆ ਨਵੇਂ ਨਵੇਂ ਸਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ। ਚਲੋ ਸਤਿ ਸ੍ਰੀ ਅਕਾਲ। ਅੱਛਾ ਮੈਨੂੰ ਸਾਰੇ ਦੱਸ ਦੋ, ਮੈਂ ਕਲਾਸ ਕਿਹੜੀ ਲੈਣੀ ਹੈ? ਉਹ ਛੱਡੋ ਸਰ, ਪਹਿਲਾ ਦਿਨ ਕਾਹਦੀਆਂ ਕਲਾਸਾਂ, ਸਾਰਾ ਸਾਲ ਕਲਾਸਾਂ ਹੀ ਲੈਣੀਆਂ। ਹੁਣ ਤੁਸੀਂ ਰੈਸਟ ਕਰੋ, ਗੇਟੋ ਖੱਬੇ ਪਾਸੇ ਨਿਕਲ ਕੇ ਜਿਹਨੂੰ ਮਰਜ਼ੀ ਪੁੱਛ ਲਓ ਸੂਬੇਦਾਰਾਂ ਦਾ ਘਰ। ਪਰ ਉਸ ਤੋਂ ਪਹਿਲਾਂ ਇੱਕ ਮਿੰਟ ਰੁਕੋ ਮਹਾਰਾਜ, ਇੱਕ ਸੈਲਫੀ ਤਾਂ ਕਰ ਲਈਏ ਫੇਸਬੁੱਕ ਲਈ, ਲਿਖ ਕੇ ਪਾਵਾਂਗੇ ਕਿ ਫੀਲਿੰਗ ਹੋਰੂ ਹੋਰੂ ਵਿਦ ਨਿਊ ਕਲੀਗ। ਆ ਸਮਾਈਲ ਪਲੀਜ਼। ਪੰਜਾਹ ਰੁਪਏ 70 ਪੈਸੇ ਨੱਥੂ ਭਾਨੋ ਕਾ, 5 ਰੁਪਈਏ ਚਰਨਾ ਫੁੱਲ ਦਲਵਾਰੇ ਕਾ, 16 ਰੁਪਈਏ ਕਰਮੀ। ਹਾਂਜੀ ਭਾਈ ਸਾਹਿਬ, ਕੀ ਚਾਹੀਦਾ? ਬਸ ਜੀ ਤੁਹਾਡੀ ਪਿਆਰੀ ਜੀ ਸਮਾਈਲ ਤੇ ਅੱਧਾ ਕੁ ਮਿੰਟ ਚਾਹੀਦਾ ਪਿਆਰਿਓ। ਸਮਾਈਲ ਨੂੰ ਕਿਹੜਾ ਮੈਂ ਮਨਾਹੀ ਕੀਤੀ ਹੈ, ਨਾਲੇ ਗੱਲਾਂ ਬੜੀਆਂ ਮਿੱਠੀਆਂ ਕਰਦੇ ਹੋ, ਖੰਡ ਮਿਲ ਜੀ ਲੱਗੇ ਹੋ। ਬਸ ਜੀ ਉਸ ਅਕਾਲ ਪੁਰਖ ਨੇ ਜੀਭ ਤੇ ਖੰਡ ਮਿਲ ਲਾ ਰੱਖੀ ਹੈ ਜੀ। ਉਹ ਕਿਵੇਂ ਆ ਮਿੱਤਰਾ, ਸ਼ਿੰਗਾਰ ਦੀ ਘੋੜੀ ਫਿਰ ਜਾਉਂਦੇ ਮੋੜਾ ਵੀ? ਓਏ ਉਲਗੀ ਵਿੱਚ ਆ ਵਾ। ਅੱਛਾ ਸ਼ੰਭੂਨਾਥ ਜੀ, ਆਪਣੇ ਸੂਬੇਦਾਰ ਸਾਹਿਬ ਦਾ ਘਰ ਕਿੱਥੇ ਆ ਭਲਾ? ਅੱਛਾ ਅੱਛਾ, ਸੂਬੇਦਾਰ ਦੇ ਜਾਣਾ ਦਾ ਮਤਾ ਰੌਂਗ ਨੰਬਰੀ ਦਾਦਾ ਸੀ। ਆਇਆ ਕਰੋ ਮਾਸਟਰ ਜੀ, ਇੱਥੋਂ ਸੱਜੇ ਨੂੰ ਕੱਟ ਲਓ, ਖੱਬੇ ਪਾਸੇ ਮੁੜ ਕੇ ਦੂਜੇ ਹੀ ਘਰ ਆਊਂਗਾ ਦਾ। ਠੀਕ ਹੈ ਜੀ ਠੀਕ। ਪਰ ਸ਼ੰਭੂਨਾਥ ਜੀ, ਹਾਂਜੀ, ਤੁਹਾਨੂੰ ਕਿਵੇਂ ਪਤਾ ਕਿ ਮੈਂ ਮਾਸਟਰ ਹਾਂ? ਮਹਾਰਾਜ ਜਿਹੜਾ ਪਹਿਲਾ ਮਾਸਟਰ ਸੀ ਉਹ ਵੀ ਸੂਬੇਦਾਰ ਦੇ ਘਰ ਹੀ ਰਹਿੰਦਾ ਸੀ, ਉਹ ਵੀ ਰੌਂਗ ਨੰਬਰ ਆ ਗਿਆ ਮੇਰੇ ਨਾਲ, ਜਾਂਦਾ ਜਾਂਦਾ 97 ਰੁਪਈਏ ਨੱਪ ਗਿਆ ਮੇਰੇ। ਚਲੋ ਰਕਮ ਤਾਂ ਕੋਈ ਵੱਡੀ ਨਹੀਂ ਸੀ, ਊਂ ਗੱਲ ਹੈ ਇੱਕ, ਪਹਿਲੇ ਮਾਸਟਰ ਦੇ 97 ਰੁਪਈਏ ਵੀ ਮੇਰੇ ਅਕਾਊਂਟ 'ਚ ਰੱਖ ਲਿਓ। ਹੈਂ ਪਤਾ ਬੜਾ ਦਿਲਦਾਰ ਲੱਗਦਾ ਬਈ, ਹੈਂ